अस्सलाम वालेकुम, क्या चाल है? मैं उम्मीद करनी है तुसी ठीक हो दे। मैं ना गंदम दा दलिया बना लगी सा, तो मैं क्या मैं अपने भैन भरावां नूं वी वहां के किस तरीके नाल मैं गंदम दा दलिया बना लगी हाँ। तो मैं स्टार्ट करनी हाँ, तो तुसी वेखो कि मैं किस तरीके नाल बनानी हाँ। मैं ना लकड़ा पहले जोड़ लिया सन, तो सिर्फ मैं अग ही लानी है। ते वैसे तो लोग ना बनाते ने पतीलियां या उत्ते रख देंगे ने पकन वास्ते, तो मैं क्या ज्यादा देर लगनी है, तो मैं प्रेशर विच पकान लगी हूँ। ते मैं ना दा नाम की है दलिया वहां दलिया थोड़ा ही है क्योंकि बहुत ज्यादा हो जाता है। पहले ना मैं कनक धो ली सी, तो धो के ना फिर इन ग्राइंड किया वे, तो उन्हें वैसे आते ना चक्की बेच करते ने लोग, तो चक्कियां का रवाज खत्म हो गया, तो मैं क्या चलो ये करके कर लैनी हाँ बरीक करना। स्टैंड स्टैंड ना लाया होगा कि सारा प्रेशर में काला नहीं होने लगा। अग बन गई, हूँ मैं उत्ते रखा। बिस्मिल्लाह रहमान रहीम। वैसे सोना तो गलता भी जरा को रखे ना बंदा अग ते गलता रहे, तो मैं प्रेशर ना मैं कहा चलो एक काम जल्दी खत्म हो जाएगा। तो ये ना एक सिर्फ चम्मच ना पाना प्यारा, एक चम्मच ता मैं की पान लगे कि ब्राउन हो जाएगा ना, तो प्यारा कलर लगता है, तो इन्ना नहीं पाना। बस ना इन साड़ना नहीं, इन सब ब्राउन करीदा वे। ते मेरा वेख सकते हो कि हो गया ब्राउन, ते उन्ना ए पानी हम पानी ये सिर्फ ना किलो पानी पैंदा वे, जिन्ना बनाना वे मेरा तो थोड़ा जिन्ना सी अर्ध कुपा तो भी थले ही सी, जे बनाना हो तो ज़्यादा फिर किलो दो गल जाने। एक चीज़ और भी पाना मेरे भैनों तो मेरे भरा जोड़े बनाते हैं जो परदेस में रेंगे ने उन्होंने बनाना पै जाए, ये अद्धा किलो दुध के नाल भी मैं पा लगे क्योंकि ये ना बहुत ज़्यादा प्यारा कलर हो जाता है, तो दलिया इंज लगता जिम्मे खीर पकी हुई है। जो दूध ना ना पाई तो फिर कलर नहीं अच्छा होता है। मैं प्रेस बंद करा। हाँ सॉरी मैं ना याद नहीं रहा, मैं अपने भैन भरावां दसना से मैंने एक चीज याद ही नहीं रही जिसे ना सब तो ज्यादा टेस्ट होता है, चीनी नहीं याद रही तो हूँ मैं पा लवा।
ਕਾਫੀ ਮੈਂ ਟੱਕਣ ਨਾਲ ਪਾਈ ਹੈ ਤੇ ਉਂਝ ਵੈਸੇ ਕੱਪ ਨਾਲ ਮੇਜ ਕੇ ਨਾ ਇੱਕ ਕੱਪ ਪਾਵੇ ਅੱਜ ਜਿੰਨਾ ਕਿਸੇ ਨੂੰ ਮਿੱਠਾ ਪਸੰਦ ਹੋਵੇ ਕੋਈ ਜ਼ਿਆਦਾ ਖਾਂਦੇ ਨੇ ਕੋਈ ਥੋੜ੍ਹਾ ਖਾਂਦੇ ਨੇ ਵੈਸੇ ਮੈਂ ਬੰਦ ਕਰ ਦਿੱਤਾ ਹੁਣ ਵੇਟ ਲਾਵਾਂ ਹੁਣ ਮੈਨੂੰ 5 ਮਿੰਟ ਨਾ 5 ਤੋਂ 10 ਮਿੰਟ ਲਾਉਣਾ ਚਾਹੀਦਾ ਕਿਉਂਕਿ ਗੰਦਮ ਹੁੰਦੀ ਹੈ ਅੱਛੀ ਤਰੀਕੇ ਨਾਲ ਗਲ ਜਾਵੇ ਅਤੇ ਫਿਰ ਹੀ ਮਜ਼ਾ ਆਉਂਦਾ ਉਹ ਕੱਚਾ ਕੱਚਾ ਸਵਾਦ ਹੋਵੇ ਤਾਂ ਕੱਚੀ ਕੱਚੀ ਕਣਕ ਹੋਵੇ ਤਾਂ ਫਾਇਦਾ ਅਤੇ ਹੁਣ ਮੈਂ ਥੱਲੇ ਦਬਲ ਕੇ ਅੱਗ ਬਾਲਣੀ ਆ ਦਬਲ ਕੇ ਤਾਂ ਤੁਹਾਨੂੰ ਪਤਾ ਹੀ ਹੋਣਾ ਮੈਂ ਆਪਣੀ ਪੰਜਾਬੀ ਵਿੱਚ ਪਿਆਨੀ ਹਾਂ ਅਤੇ ਮੇਰੇ ਭੈਣ ਭਰਾ ਵੀ ਸੋਚਦੇ ਹੋਣੇ ਨੇ ਕਾਫੀ ਦਿਨਾਂ ਬਾਅਦ ਵੀਡੀਓ ਮੇਰੇ ਭੈਣ ਭਰਾਵਾਂ ਨੂੰ ਇਹ ਹੁੰਦਾ ਹੋਣਾ ਕਿ ਵੀਡੀਓ ਅਪਲੋਡ ਕਰਦੀ ਵਾਹਵਾ ਦੇਰ ਬਾਅਦ ਅਤੇ ਬਸ ਜ਼ਿਹਨ ਮੇਰੇ ਦੀ ਥੋੜ੍ਹੀ ਕਮੀ ਹੈ ਨਾ ਉਹ ਘਰ ਦੇ ਵਿੱਚ ਲੜਾਈ ਝਗੜੇ ਚੱਲ ਰਹੇ ਸਨ ਇਹਨਾਂ ਵਜ੍ਹਾ ਤੋਂ ਮੈਂ ਕਰ ਨਹੀਂ ਸਕੀ ਮੇਰਾ ਨਾ ਦਲੀਆ ਗਲ ਗਿਆ ਵੇ ਇਹਨਾਂ ਪ੍ਰੈਸ਼ਰ ਨੂੰ ਮੈਂ ਉੱਤੇ ਹੀ ਖੋਲ ਲਾ ਅਤੇ ਯਾਦ ਰੱਖਿਆ ਜੀ ਇਹਨੂੰ ਲਾਵਿਆ ਜੀ 15 ਮਿੰਟ ਕਿਉਂਕਿ 15 ਮਿੰਟਾਂ ਵਿੱਚ ਇਹ ਹੁੰਦੀ ਹੈ ਕਣਕ ਹੁੰਦੀ ਹੈ ਅਤੇ ਫਿਰ ਨਹੀਂ ਅਤੇ ਵੇਖ ਲਓ ਹਜੇ ਵੀ ਪਾਣੀ ਨਹੀਂ ਖੁਸ਼ਕ ਹੋਇਆ ਅਤੇ ਅਸੀਂ ਇਹਨਾਂ ਨੂੰ 10 ਮਿੰਟਾਂ ਉੱਤੇ ਹੁਣ ਅੱਗ ਬਾਲਦੇ ਹਾਂ ਖੁਸ਼ਕ ਕਰਨ ਵਾਸਤੇ ਨਾ ਪਾਣੀ ਵਿੱਚ ਤਾਂ ਮੈਂ ਕਿਹਾ ਥੋੜ੍ਹੀ ਸਾਰੀ ਅੱਗ ਬਾਲਾਂ ਇਹਨੂੰ ਖੁਸ਼ਕ ਕਰ ਲਵਾਂ ਕਿਉਂਕਿ ਇਹ ਜ਼ਿਆਦਾ ਹੀ ਪਤਲਾ ਹੋ ਗਿਆ ਵੇ ਪਾਣੀ ਸ਼ਾਇਦ ਮੇਰੇ ਕੋਲ ਜ਼ਿਆਦਾ ਪੈ ਗਿਆ ਇਹਨੂੰ ਜੀ ਅਸੀਂ ਢੱਕ ਦਿੰਦੇ ਹਾਂ ਉਹਨੂੰ ਪ੍ਰੈਸ਼ਰ ਨਹੀਂ ਲਾਉਣ ਲੱਗੀ ਬੰਦ ਨਹੀਂ ਕਰਨ ਲੱਗੀ ਹੋ ਜਾਏਗਾ ਅਸੀਂ ਲਿਆ ਕੇ ਬਣਾਉਂਦੇ ਹਾਂ ਨਾ ਬਾਜ਼ਾਰੀ ਦਲੀਆ ਅਤੇ ਇਹ ਨਾ ਸਿਹਤ ਵੀ ਅੱਛਾ ਹੁੰਦਾ ਅਤੇ ਨਾਲੇ ਤਾਕਤ ਵਾਲਾ ਵੀ ਹੁੰਦਾ ਕਣਕ ਵਾਲਾ ਅਤੇ ਅਕਸਰ ਅਸੀਂ ਆਉਂਦੇ ਹਾਂ ਕਿ ਚਲੋ ਜੋ ਬਾਜ਼ਾਰੋਂ ਲੈ ਆਵੋ ਬਣਾ ਲੈਂਦੇ ਹਾਂ ਅਤੇ ਚਲੋ ਥੋੜ੍ਹੀ ਜਿਹੀ ਮਿਹਨਤ ਹੁੰਦੀ ਅਤੇ ਵਾਇਰਲ ਹੁੰਦਾ ਹੈ ਇਹ ਤਾਕਤ ਵਾਲਾ ਇਹ ਖਾਣਾ ਚਾਹੀਦਾ ਕੋਈ ਬਿਮਾਰ ਹੋ ਜਾਵੇ ਉਹਨੂੰ ਵੀ ਦੇਵੋ ਮੈਂ ਕਿਹਾ ਮੈਂ ਆਪਣੇ ਭੈਣ ਭਰਾਵਾਂ ਨੂੰ ਵਹਾਵਾਂ ਕਿ ਪਾਣੀ ਖੁਸ਼ਕ ਹੋ ਗਿਆ ਦਲੀਏ ਦਾ ਹਾਂ ਇੰਨਾ ਕਾਫੀ ਹੁੰਦਾ ਉਹਨੇ ਠੰਡਾ ਹੋਣਾ ਹੈ ਨਾ ਅਤੇ ਹੋਰ ਸਖਤ ਹੋ ਜਾਏਗਾ ਤੋ ਤੇ ਜ਼ਿਆਦਾ ਪਾਣੀ 'ਚ ਤਾਂ ਮੈਂ ਇਸ ਵਾਰ ਸੁਕਾ ਲਿਆ ਵੇ ਅਤੇ ਇਸ ਤਰੀਕੇ ਨਾਲ ਪਕਾ ਕੇ ਵੇਖਿਆ ਜੇ ਬਹੁਤ ਜ਼ਿਆਦਾ ਇੱਕ ਮਜ਼ਾ ਹੁੰਦਾ ਵੇ ਖਾਣ ਦਾ ਅਤੇ ਬਾਜ਼ਾਰੀ ਨੂੰ ਛੱਡੋ ਅਤੇ ਘਰ ਦਾ ਕਣਕ ਦਾ ਦਲੀਆ ਖਾਇਆ ਕਰੋ ਅਤੇ ਅਗਰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੀਆਂ ਤਮਾਮ ਵੀਡੀਓ ਤਮਾਮ ਵਿਊਜ਼ਾਂ ਤੱਕ ਪਹੁੰਚ ਸਕਣ ਅੱਲਾ ਹਾਫਿਜ਼।